जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले बैल आइकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जाऊगी। ਬਠਿੰਡਾ ਬਿਜਲਸ ਨੂੰ ਮਾਨਸਾ ਜੇਲ੍ਹ ਵਿੱਚ ਰਿਸ਼ਵਤ ਮਾਮਲੇ 'ਚ ਵੱਡੀ ਸਫਲਤਾ ਹਾਸਲ ਹੋਈ ਹੈ। ਮਾਨਸਾ ਜੇਲ੍ਹ ਦੇ ਭਗੌੜਾ ਕਰਾ ਦਿੱਤੇ ਡਿਪਟੀ ਜੇ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਵੱਲੋਂ ਆਤਮ ਸਮਰਪਣ ਕਰ ਲਿਆ ਗਿਆ। ਦਰਅਸਲ ਮਾਮਲਾ ਇੱਕ ਸਾਲ ਪੁਰਾਣਾ ਹੈ ਜਦੋਂ ਕਿ ਮਾਨਸਾ ਦੀ ਜੇਲ੍ਹ 'ਚ ਬੰਦ ਕੈਦੀ ਵੱਲੋਂ ਬਠਿੰਡਾ ਬਿਜਲਸ ਨੂੰ ਇਹ ਸ਼ਿਕਾਇਤ ਕੀਤੀ ਗਈ ਕਿ ਜੇਲ੍ਹ ਦਾ ਸੁਪਰਡੈਂਟ ਸਿਕੰਦਰ ਸਿੰਘ ਤੇ ਕੈਦੀ ਪਵਨ ਕੁਮਾਰ ਨਸ਼ਿਆਂ ਦੀ ਸਪਲਾਈ ਮੋਬਾਈਲ ਰੱਖਣ ਤੇ ਹੋਰ ਵੀ ਕਈ ਕੰਮਾਂ ਵਿੱਚ ਰਿਸ਼ਵਤ ਲੈਂਦਾ ਸੀ ਜਿਸਤੇ ਕਿ ਬਿਜਲਸ ਨੇ ਕਾਰਵਾਈ ਕਰਦੇ ਇਹਨਾਂ ਦੋਵਾਂ ਨੂੰ ਜੇਲ੍ਹ ਤੋਂ ਬਾਹਰ ਹੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ। ਉੱਥੇ ਹੀ ਜਾਂਚ ਤੋਂ ਬਾਅਦ ਗੱਲ ਸਾਹਮਣੇ ਆਈ ਕਿ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਤੇ ਜੇ ਸੁਪਰਡੈਂਟ ਦਵਿੰਦਰ ਸਿੰਘ ਰਧਾਵਾ ਵੀ ਉੱਥੇ ਹੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਤੇ ਜੇ ਸੁਪਰਡੈਂਟ ਦਵਿੰਦਰ ਸਿੰਘ ਰਧਾਵਾ ਵੀ ਇਹਨਾਂ ਵਿੱਚ ਸ਼ਾਮਿਲ ਨੇ ਜਿਸ ਦੀ ਕਿ ਜਾਂਚ ਦੌਰਾਨ ਪੁਲਿਸ ਨੇ ਦਵਿੰਦਰ ਸਿੰਘ ਰਧਾਵਾ ਨੂੰ ਪਹਿਲੀ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਗੁਰਜੀਤ ਸਿੰਘ ਕਾਂਗੜ ਵੱਲੋਂ ਵੀ ਮਾਨਸਾ ਦੀ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਪੁੱਛਗਿੱਛ ਦੌਰਾਨ ਜੇਲ੍ਹ 'ਚ ਪਈ ਅਲਮਾਰੀ 'ਚ 97 ਨਸ਼ਿਆਂ ਦੀਆਂ ਗੋਲੀਆਂ 22 ਮੋਬਾਈਲ ਤੇ 7 ਸਿਮ ਵੀਡੀਓ ਦੇ ਬੰਡਲ ਤੇ ਹੋਰ ਵੀ ਦਸਤਾਵੇਜ਼ ਬਰਾਮਦ ਹੋਏ ਨੇ। ਇਹਨਾਂ ਸਾਰੇ ਤੱਥਾਂ ਤੋਂ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਨੂੰ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਸਾਹਿਬ ਸ਼੍ਰੀ ਬੀ ਕੇ ਉੱਪਲ ਜੀ ਵੱਲੋਂ ਨਾਮਜ਼ਦ ਕਰਨ 'ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 17/5/18। ਗ੍ਰਿਫਤਾਰੀ ਤੋਂ ਬਾਅਦ ਉਹਨੂੰ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਡਿਪਟੀ ਸੁਪਰਡੈਂਟ ਜੇਲ੍ਹ ਗੁਰਜੀਤ ਸਿੰਘ ਬਰਾੜ ਜੋ ਮੁਕੱਦਮਾ ਦਰਜ ਹੋਣ ਤੋਂ ਲੈ ਕੇ ਭਗੌੜਾ ਚਲਾ ਆ ਰਿਹਾ ਸੀਗਾ 18 ਨੂੰ ਮਾਣਯੋਗ ਅਦਾਲਤ ਮਾਨਸਾ ਵਿੱਚ ਆਤਮ ਸਮਰਪਣ ਕੀਤਾ ਤਾਂ ਉਸ ਦੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਸ ਦੀ ਇੱਕ ਜਿਹੜੀ ਜੇਲ੍ਹ ਵਿੱਚ ਅਲਮਾਰੀ ਹੈ ਡਿਪਟੀ ਸੁਪਰਡੈਂਟ ਦੀ ਬੰਦ ਪਈ ਹੈ, ਸੀਲ ਕੀਤੀ ਹੋਈ ਹੈ, ਕਿ ਉਹਦੇ ਵਿੱਚ ਨਸ਼ੇ ਦੀਆਂ ਗੋਲੀਆਂ, ਮੋਬਾਈਲ ਅਤੇ ਕੁਝ ਹੋਰ ਵਸਤਾਂ ਨੇ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।